ਇਸਤਤਾ ਪਿੰਡ ਬੜਾਲੇ ਦੇ ਰਹਿਣ ਵਾਲੇ ਹਾਂ। ਇਸਤਤ ਦੀ ਬਾਗੀ ਪਿਛਲੇ 9 ਮਹੀਨੇ ਪਹਿਲਾਂ ਇਸਤਤ ਦੇ ਕੰਨ 'ਚ ਖਾਰਿਸ਼ ਹੁੰਦੀ ਸੀ ਔਰ ਪਾਣੀ ਬਹੁਤ ਜ਼ਿਆਦਾ ਵਗਦਾ ਸੀ। ਇਸਤਤ ਵਿੱਚ ਇੰਨਾ ਜ਼ਿਆਦਾ ਖਾਰਿਸ਼ ਹੁੰਦੀ ਸੀ ਕਿ ਇਸਤਤ ਰਾਤ ਦਿਨ ਕੰਨ ਦੇ ਟੀਲੇ ਮਾਰਦੇ ਸੀ ਕਿ ਮੈਨੂੰ ਆਰਾਮ ਮਿਲ ਜਾਏ। ਔਰ ਇਸਤਤ ਦੇ ਬਹੁਤ ਜ਼ਿਆਦਾ ਖਾਰਿਸ਼ ਵੀ ਹੁੰਦੀ ਸੀ। ਇਸਤਤ ਬਹੁਤ ਜ਼ਿਆਦਾ ਪਰੇਸ਼ਾਨ ਸੀ। ਉਸ ਤੋਂ ਬਾਅਦ ਇਸਤਤ ਨੇ 3-4 ਡਾਕਟਰ ਬਦਲੇ, ਲੋਕਾਂ ਨੇ ਦਵਾਈ ਦਿੱਤੀ, ਦਾਰੂ ਦਿੱਤਾ, ਇੰਜੈਕਸ਼ਨ ਤੱਕ ਵੀ ਲਗਾਏ, ਪਰ ਕੋਈ ਫਰਕ ਨਾ ਪਿਆ। ਉਸ ਤੋਂ ਬਾਅਦ ਇਸਤਤ 1.5 ਮਹੀਨੇ ਤੋਂ ਇੱਥੇ 1.5 ਮਹੀਨੇ ਪਹਿਲਾਂ ਇਸਤਤ ਫਾਸਟਿੰਗ ਲਾ ਕੇ ਸ਼ੁੱਕਰਵਾਰ ਮੀਟਿੰਗ ਦੇ ਵਿੱਚ ਆਏ ਔਰ 5 ਪ੍ਰੇਅਰ ਹੋ ਰਹੀ ਸੀ ਔਰ ਪਾਪਾ ਜੀ ਨੇ ਵਰਡ ਬੋਲੇ ਕਿ ਤੁਸੀਂ ਆਪਣੀ ਬਿਮਾਰੀ ਦਾ ਹੱਥ ਰੱਖ ਕੇ ਡਾਂਟੋ, ਇਸੇ ਟਾਈਮ ਸ਼ੁੱਧ ਆਤਮਾ ਉਹ ਬਿਮਾਰੀ ਦੀ ਆਤਮਾ ਤੁਹਾਨੂੰ ਛੱਡ ਕੇ ਜਾਏਗੀ। ਜਦ ਇਸ ਸਿਸਟਮ ਨੇ ਆਪਣੇ ਮੂੰਹ ਤੋਂ ਹੀ ਉਸ ਬਿਮਾਰੀ ਨੂੰ ਡਾਂਟਣਾ ਸ਼ੁਰੂ ਕੀਤਾ ਔਰ ਅਨਾਉਂਟਿੰਗ ਆਲ ਲਗਾਉਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਉਹ 1.5 ਮਹੀਨੇ ਤੋਂ ਇਸ ਸਿਸਟਮ ਦੇ ਉਹ ਕੰਨ ਦੀ ਜੋ ਦਰਦ ਸੀ, ਜੋ ਖਾਰਿਸ਼ ਸੀ, ਉਹ ਬਿਲਕੁਲ ਚੰਗੀ ਹੋ ਚੁੱਕੀ ਹੈ। ਇਸ ਗਵਾਹੀ ਲਈ ਪ੍ਰਭੂ ਯੇਸ਼ੂ ਮਸੀਹ ਦਾ ਧੰਨਵਾਦ ਕਰਦੇ ਨੇ। ਜੋਰ ਸੇ ਤਾਲੋ ਕੇ ਸਾਥ ਚਰਚ। ਸਿਸੀ ਕਿੰਨੀ ਕੁ ਮੁਸ਼ਕਲ ਆਉਂਦੀ ਸੀ ਤੁਹਾਨੂੰ ਇਸ 9 ਮਹੀਨੇ ਤੋਂ ਕੰਨ ਵਿੱਚ ਖਾਰਿਸ਼ ਹੁੰਦੀ? ਕੀ ਪ੍ਰੋਬਲਮ ਆਉਂਦੀ ਸੀ? ਬਹੁਤ ਜ਼ਿਆਦਾ ਹੁੰਦੀ ਸੀ। ਰਾਤ ਵੀ ਉੱਠ ਉੱਠ ਕੇ ਤੇ ਵੀ ਹਾਂਜੀ ਰਾਤ ਵੀ ਉੱਠ ਕੇ ਹਾਂਜੀ ਟੀਲੇ ਮਾਰਦੇ ਸੀ ਕੰਨਾਂ ਦੇ। ਡਾਕਟਰ ਕੀ ਬੋਲ ਡਾਕਟਰ ਕਿਹਾ ਡਾਕਟਰ ਕੀ ਬੋਲਿਆ? ਇਹੋ ਹੀ ਆਂਦੇ ਸੀ ਤੁਹਾਡੇ ਵੀ ਕੰਨ ਦੇ ਵਿੱਚ ਜ਼ਖਮ ਆ ਤੇ ਪਰ ਖਾਰਿਸ਼ ਹੁੰਦੀ ਸੀ, ਦਰਦ ਨਹੀਂ ਹੁੰਦੀ। ਖਾਰਿਸ਼ ਹੀ ਬਹੁਤ ਪਰੇਸ਼ਾਨ ਕਰ ਦਿੰਦੀ ਸੀ। ਖਾਰਿਸ਼ ਨਹੀਂ ਜਾਂਦੀ ਸੀ? ਸੌਂ ਦੇ ਵਿੱਚ ਹੀ ਪ੍ਰੋਬਲਮ ਆਉਂਦੀ ਸੀ? ਹਾਂਜੀ, ਜਦੋਂ ਮੈਂ 4 ਵਜੇ ਉੱਠਣਾ ਪ੍ਰੇਅਰ ਕਰਕੇ ਬਹਿਣਾ ਤੇ ਬਹੁਤ ਜ਼ਿਆਦਾ ਹੀ ਮੈਨੂੰ ਵੀ ਪਰੇਸ਼ਾਨੀ ਹੁੰਦੀ ਸੀ ਖਾਰਿਸ਼। ਤੇ 9 ਮਹੀਨੇ ਦਾ ਰਿਹਾ? ਹਾਂਜੀ ਹਾਂਜੀ 9 ਮਹੀਨੇ ਦਵਾਈ ਖਾ ਕੇ ਦੇਖੀ? ਹਾਂਜੀ, 10 ਦੇ ਮਹੀਨੇ ਤੋਂ ਸ਼ੁਰੂ ਹੋਈ। ਓਕੇ, ਪਰ ਅਜੋ 1.5 ਮਹੀਨੇ ਪਹਿਲਾਂ ਜਦੋਂ ਤੁਸੀਂ ਸ਼ੁੱਕਰਵਾਰ ਮੀਟਿੰਗ 'ਚ ਕੀ ਹੋਇਆ ਦੱਸੋ ਆਪਣੇ ਮੂੰਹ ਤੋਂ? ਸੀ ਮਤਲਬ ਜਦੋਂ ਮੈਂ ਵੀ ਮਤਲਬ ਆਪਣੇ ਦਾ ਸੀਵ ਕੀਤਾ ਨਾ ਵਰਡ ਤੇ ਬਹੁਤ ਵਧੀਆ ਮੈਨੂੰ ਲੱਗਾ। ਉਸ ਤੋਂ ਬਾਅਦ ਮੈਂ ਕਹਿ ਦਿੱਤਾ ਵੀ ਮੈਂ ਅੱਜ ਤੋਂ ਬਾਅਦ ਦਵਾਈ ਨਹੀਂ ਖਾਣੀ ਵੀ ਕੋਈ ਮੈਂ ਦਵਾਈ ਨਹੀਂ ਲਈ। ਉਸ ਤੋਂ ਬਾਅਦ ਵੀ ਉਸ ਤੋਂ ਮੈਂ ਬਿਲਕੁਲ ਠੀਕ ਆ। ਕੋਈ ਤਾਂ ਬਿਲਕੁਲ ਠੀਕ ਹੈ? ਹਾਂਜੀ, ਕੋਈ ਖਾਰਿਸ਼ ਨਹੀਂ, ਕੋਈ ਹੋਰ ਨੀਂਦ ਵਧੀਆ ਆ ਰਹੀ ਹੈ? ਹਾਂਜੀ ਹਾਂ, ਕੋਈ ਪ੍ਰੋਬਲਮ ਨਹੀਂ। ਮਤਲਬ ਆਪਣੇ ਡੇਢੀਆਂ ਚੈੱਕ ਕਰਕੇ ਆਏ? ਹਾਂਜੀ। ਆਈਏ ਇਸ ਦਵਾਈ ਦੇ ਲਈ ਪ੍ਰਭੂ ਯੇਸ਼ੂ ਦਾ ਧੰਨਵਾਦ।